ਹੈਲੋ एवरीवन ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਜੀ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਪਰਮਾਤਮਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਲਓ ਜੀ ਮਾਰਨਿੰਗ ਦਾ ਟਾਈਮ ਆ ਤੇ ਆਗੇ ਆਪਾਂ ਤੁਹਾਨੂੰ ਫਿਰ ਮਿਲਣ ਇਹ ਮਾਰਨਿੰਗ ਦਾ ਟਾਈਮ ਕਿੰਨੇ ਕੁ ਜੁਵਿਤੇ ਹਾਂਜੀ ਮੈਂ ਉਹਦੇ ਪਾਪਾ ਨੂੰ ਤੋਰ ਚੁੱਕੀ ਸੀਗੀ ਉਸ ਤੋਂ ਬਾਅਦ ਦਾ ਟਾਈਮ ਆ ਜੀ ਇਹ ਟਾਈਮਿੰਗ ਸ਼ਾਇਦ ਪਤਾ ਨਹੀਂ ਜੀ ਮੈਨੂੰ ਟਾਈਮ ਕਿੰਨਾ ਤੇ ਇੱਥੇ ਲੱਗੀ ਸੀਗੀ ਮੈਂ ਅੱਜ ਦਾਲ ਵਾਲੇ ਪਰੌਂਠੇ ਬਣਾਉਣ ਮੈਂ ਕਿਹਾ ਚਲੋ ਇਹ ਸੀਗੀ ਦਾਲ ਜੀ ਆਪਣੇ ਛੋਲਿਆਂ ਦੀ ਤੇ ਕਈਏ ਦੇ ਵਿੱਚ ਮਿਕਸ ਕਰੀ ਹੋਈ ਮੇਰੀ ਰਾਤ ਦੀ ਬਣਾਈ ਹੋਈ ਇਹਨੂੰ ਮੈਂ ਥੋੜਾ ਜਿਹਾ ਕਈਏ ਦੀਆਂ ਪੀਸ ਸੀਗੇ ਫਿਰ ਵਿੱਚ ਵੱਡੇ ਮੈਂ ਕਿਹਾ ਚਲੋ ਪੀਸ ਲੈਨੀ ਆ ਪਹਿਲਾਂ ਮਿਕਸਚਰ ਚ ਇਹਨੂੰ ਥੋੜਾ ਜਿਹਾ ਪੀਸ ਲੂੰਗੀ ਉਸ ਤੋਂ ਬਾਅਦ ਆਟੇ ਵਿੱਚ ਗੁੰਨ ਲਾਂਗੇ ਆਪਾਂ ਮੰਮੀ ਹਜੇ ਮੈਨੂੰ ਹੱਸਦੇ ਸੀ ਕਹਿੰਦੇ ਵੀ ਇਹ ਕਈਏ ਦੀ ਕਿਵੇਂ ਪਾਏਂਗੇ ਵਿੱਚ ਤੂੰ ਹਨਾ ਵੀ ਵੱਡਾ ਏ ਮੈਂ ਕਿਹਾ ਨਹੀਂ ਮੰਮੀ ਮੈਂ ਪੀਸ ਲੈਣਾ ਵੀ ਮਿਕਸਰ ਚ ਵੀ ਉਸ ਤੋਂ ਬਾਅਦ ਹੀ ਪਾਉਂਗੀ ਕਹਿੰਦੇ ਚਲ ਫੇ ਇਦਾਂ ਦਾ ਠੀਕ ਆ ਬੜੇ ਟੇਸਟੀ ਬਣੇ ਸੀਗੇ ਜੀ ਇਦਾਂ ਵੀ ਪਰੌਂਠੇ ਬਹੁਤ ਸਵਾਦ ਬਣਦੇ ਨੇ ਖਾਣ ਨੂੰ ਬਸ ਆਟਾ ਮੈਂ ਛਾਣ ਲਿਆ ਸੀਗਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਸੀ ਜੀਰਾ ਤੇ ਕਾਲੀ ਮਿਰਚ ਧਨੀਆ ਪਾਊਡਰ ਨੂਨ ਤੇ ਰੈੱਡ ਮਿਰਚ ਤੇ ਥੋੜਾ ਜਿਹਾ ਭੁੰਨਿਆ ਜੀਰਾ ਵੀ ਪਾਇਆ ਸੀਗਾ ਤੇ ਇਹੀ ਦੋ ਚਾਰ ਬਸ ਸੀਗੇ ਤੇ ਇੱਕ ਪਾ ਲਿਆ ਸੀਗਾ ਜੀ ਮੈਂ ਜਿਹੜਾ ਮੇਥੇ ਥੇ ਤੇ ਧਣੀਆਂ ਮੇਰਾ ਸਰਦੀਆਂ ਵਾਲਾ ਸੁਕਾ ਕੇ ਰੱਖਿਆ ਹੋਇਆ ਨਾ ਉਹ ਪਾ ਲਿਆ ਸੀ ਉਹ ਦੇਖ ਲਓ ਹਜੇ ਤੱਕ ਵੀ ਮੇਰਾ ਚੱਲ ਰਿਹਾ ਉਸੇ ਤਾ ਨਾ ਉਹਨੂੰ ਮੈਂ ਥੋੜੇ ਕੁ ਦਿਨ ਬਾਅਦ ਧੁੱਪ ਲਵਾ ਲੈਣੀ ਹਣੀ ਆ ਥਾਲ ਚ ਪਾ ਕੇ ਵੀ ਧੁੱਪਾਂ ਧਰ ਦੇਣੀ ਹਣੀ ਘੰਟਾ ਕੱਦਾ ਘੰਟਾ ਬਸ ਥੋੜਾ ਜਿਹਾ ਪਾਣੀ ਹਣੀ ਆ ਦੋ ਕੁ ਚੁਟਕੀਆਂ ਹੀ ਪਰ ਟੇਸਟ ਉਹਦਾਂ ਬੜਾ ਸੋਹਣਾ ਆਉਂਦਾ ਏ ਨਹੀਂ ਰੈਡੀਮੇਡ ਮਿਲਦੀ ਤਾਂ ਚਲੋ ਜੀ ਕਸਤੂਰੀ ਮੇਥੀ ਵੀ ਆ ਰੈਡੀਮੇਡ ਆਪਾਂ ਲੈ ਸਕਦੇ ਆ ਪਰ ਜਿਹੜੀ ਘਰ ਦੀ ਚੀਜ਼ ਆ ਨਾ ਉਹ ਘਰ ਦੀ ਹੋਉਂਦੀ ਏ ਜਿਹਦੀ ਖੁਸ਼ਬੂ ਬੜੀ ਪਿਆਰੀ ਤੇ ਮਤਲਬ ਵਧੀਆ ਆਉਂਦੀ ਆ ਖੁਸ਼ਬੂ ਬਹੁਤ ਸੋਹਣੀ ਲੱਗਦੀ ਆ ਇੱਕ ਭੈਣ ਮੇਰੀ ਕਹਿੰਦੀ ਸੀ 스멜 ਨਹੀਂ ਕਹੀਦਾ ਖੁਸ਼ਬੂ ਕਹੀਦਾ ਥੈਂਕ ਯੂ ਸਿਸ ਜੀ ਦੇਖੋ ਜਿਵੇਂ ਮੈਂ ਬੋਲਣ ਲੱਗੀ ਇੰਨਾ ਸੋਚ ਵਿਚਾਰਦੀ ਨਹੀਂ ਹੁੰਦੀ ਐ ਕਿ ਵੀ ਮੈਂ ਤੁਹਾਡੇ ਨਾਲ ਬੋਲ ਰਹੀ ਆ ਹਨਾ ਵੀ ਥੋੜਾ ਜਿਆ ਸੋਚ ਕੇ ਬੋਲਾਂ ਮੈਨੂੰ ਤਾਂ ਇਹ ਹੁੰਦਾ ਵੀ ਕੋਈ ਗੱਲ ਨਹੀਂ ਜਿਵੇਂ ਮੈਂ ਘਰ ਚ ਬੋਲਦੀ ਆ ਆਪਣੀ ਫੈਮਿਲੀ ਨਾਲ ਤੁਸੀਂ ਵੀ ਤਾਂ ਮੇਰੀ ਫੈਮਿਲੀ ਹੋ ਜੀ ਤੁਸੀਂ ਵੀ ਤਾਂ ਘਰ ਦੇ ਘਰੇ ਹੋ ਇਦਾਂ ਨਹੀਂ ਇਸ ਕਰਕੇ ਜੀ ਜਿਹੜੀ ਵੀ ਚੀਜ਼ ਮੇਰੇ ਮੂੰਹ ਚ ਗੱਲ ਆਉਂਦੀ ਆ ਬਸ ਮੈਨੂੰ ਬੋਲ ਦੇਣੀ ਆ ਤੁਸੀਂ ਕਹਿੰਦੇ ਤਾਂ ਹੋਵੋਗੇ ਵੀ ਹਾਏ ਕਿੰਨਾ ਬੋਲਦੀ ਆ ਇਹ ਹਨਾ ਵੀ ਕਿਵੇਂ ਬੋਲੀ ਜਾਂਦੀ ਆ ਕਈ ਵੇ ਪਹਿਣਾ ਤਾਂ ਮੇਰੇ ਅੰਪੀਰ ਪਹਿਣ ਤਾਂ ਹੱਸਦੇ ਵੀ ਹੋਣਗੇ ਮੇਰੀ ਬੋਲੀ ਤੇ ਹਨਾ ਕਈ ਵਾਰ ਮੈਂ ਬੋਲਦਾ ਕੁਝ ਹੋਰ ਹੁੰਦਾ ਬੋਲ ਕੁਝ ਹੋਰ ਜਾਂਦੀ ਆ ਫਿਰ ਦੇਖੋ ਜੀ ਮੇਰੇ ਕੋਲ ਆਪਸ਼ਨ ਹੁੰਦਾ ਮੈਂ ਐਡੀਟਿੰਗ ਕਰਕੇ ਉਹ ਚੀਜ਼ ਕੱਟ ਵੀ ਸਕਦੀ ਆ ਦੁਬਾਰਾ ਵੀ ਬੋਲ ਸਕਦੀ ਆ ਪਰ ਮੈਂ ਨਹੀਂ ਮੈਂ ਕਹਿੰਨੀ ਹੁੰਦੀ ਆ ਵੀ ਨੇਚਰਲ ਲੈਣ ਦੋ ਜਿਹੜੀ ਚੀਜ਼ ਨੇਚਰਲ ਆ ਉਹ ਨੇਚਰਲ ਹੀ ਠੀਕ ਆ ਤੇ ਉਸ ਤੋਂ ਬਾਅਦ ਜੀ ਮੈਂ ਆਟਾ ਗੁੰਨ ਕੇ ਬਾਕਸ ਪਾਤਾ ਸੀ ਕੋਲ ਮੇਰਾ ਦੁੱਧ ਤਾਂ ਰਿਹਾ ਸੀ ਮੈਂ ਕਿਹਾ ਦੁੱਧ ਬਣਾਉ ਉਪਰ ਜੇ ਉਹਨੂੰ ਉਵਾਲੀ ਦੇ ਕੇ ਬੰਦ ਕਰਕੇ ਤੇ ਮੈਂ ਲੱਗੀ ਸੀਗੀ ਚਨੇ ਪੀਉਣ ਸ਼ਾਮ ਲਈ ਅੱਜ ਆਪਾਂ ਭਿਉਵਾਂਗੇ ਚਿੱਟੇ ਚੰਨਿਆਂ ਦੀ ਸਬਜ਼ੀ ਬਣਾਵਾਂਗੇ ਪਹਿਲਾਂ ਮੈਂ ਸੋਚਿਆ ਸੀ ਵੀ ਚਿੱਟੇ ਚੰਨਿਆਂ ਨਾਲ ਮੈਂ ਪੂਰੀਆਂ ਬਣਾ ਲਵਾਂ ਫਿਰ ਮੰਮੀ ਕਹਿੰਦੀ ਨਹੀਂ ਗਰਮੀ ਬਹੁਤ ਆ ਵੀ ਹਜੇ ਨਹੀਂ ਤਲੇ ਆ ਥੁਲੇ ਆ ਰਹਿਣ ਦੇ ਮੈਂ ਕਿਹਾ ਚਲੋ ਠੀਕ ਹੈ ਜੀ ਚੰਨਿਆਂ ਦੇ ਵਿੱਚ ਮੈਂ ਪਾਣੀ ਪਾਤਾ ਸੀ ਤੇ ਇੱਕ ਚਮਚ ਨਮਕ ਪਾਤਾ ਸੀ ਬਸ ਇਦਾਂ ਹੀ ਭਿਉ ਕੇ ਇਹਨੂੰ ਰੱਖ ਦੂੰਗੀ ਚੰਨੇ ਜੀ ਮੈਂ ਭਿਉਣ ਤੋਂ ਪਹਿਲਾਂ ਨਹੀਂ ਧੋਂਦੀ ਹੁੰਦੀ ਬਾਅਦ ਵਿੱਚ ਧੋਣੀ ਨਹੀਂ ਜਾਂ ਉਬਾਲਣ ਲਈ ਰੱਖਦੀ ਹੁੰਦੀ ਆ ਕਿਉਂਕਿ ਦੇਖੋ ਇਹ ਪਾਣੀ ਹੁਣ ਕਿੰਨੇ ਘੰਟੇ ਪਿਆ ਰਹਿਣਾ ਕਈ ਪੈਣਾ ਮੇਰੀਆਂ ਪਾਣੀ ਉਹ ਵਿੱਚ ਪਾਉਣੇ ਆਪਾਂ ਹਨ ਵੀ ਕਹਿੰਦੇ ਨੇ ਪ੍ਰੋਟੀਨ ਹੁੰਦੇ ਆ ਮਤਲਬ ਤੱਤ ਹੁੰਦੇ ਆ ਪਰ ਮੈਂ ਜੀ ਇਹ ਪਾਣੀ ਢੋਲ ਦਿੰਨੀ ਆ ਦੁਬਾਰਾ ਧੋ ਕੇ ਇਹਨੂੰ ਦੁਬਾਰਾ ਪਾਉਂਗੀ ਕਿਉਂਕਿ ਮੈਨੂੰ ਇਹ ਪਾਣੀ ਚੋਂ ਫਿਰ ਵਧੀਆ ਨਹੀਂ ਲੱਗਦਾ ਮਤਲਬ ਇਹ ਪਾਣੀ ਮੈਂ ਢੋਲ ਦਿੰਨੀ ਹੁੰਨੀ ਆ ਤੇ ਇੱਥੇ ਫਿਰ ਲੱਗੀ ਸੀ ਜੀ ਮਾਟਾ ਗੁੰਨ ਕੇ ਮੈਂ ਚਲੋ ਥੋੜਾ ਜਿਹਾ ਰੈਸਟ ਮਿਲ ਜਵੇ ਆਟੇ ਨੂੰ ਮੈਂ ਆ ਗਈ ਸੀਗੀ ਬਾਹਰ 베ੜਾ ਸੁੰਭਣ ਕਿਉਂਕਿ ਫਿਰ 베ੜੇ 'ਚ ਧੁੱਪ ਚੜ ਗਈ ਸੀ ਆ ਦੇਖੋ ਜੀ ਧੁੱਪ ਚੜ ਵੀ ਗਈ ਸੀ ਹਾਲਾਂਕਿ ਪਾ ਕਈ ਵਾਰ ਇਹ ਹੋ ਜਾਂਦਾ ਵੀ ਸਵੇਰੇ ਸਵੇਰੇ ਬਸ ਜੀ ਕਿਚਨ ਦੇ ਵਿੱਚੇ ਕੰਮਕਾਰ ਕਰਦੇ ਆ ਉਹਨੂੰ ਆਪਾਂ ਨੂੰ ਲੇਟ ਹੋ ਜਾਂਦਾ ਹਨਾ ਤੇ ਮੈਂ ਬਾਹਰ ਗਲੀ 'ਚ ਵੀ ਥੋੜਾ ਜਿਆ ਦੇੜੀਆਂ ਸੁੰਭਰੇ ਸੀ ਉੱਥੇ ਮੇਰੀ ਕਿ ਸਹੇਲੀ ਮਿਲ ਗਈ ਸੀ ਉਹਦੇ ਨਾਲ ਦੋ ਚਾਰ ਗੱਲਾਂ ਮਾਰੀਆਂ ਉਸ ਤੋਂ ਬਾਅਦ ਆ ਕੇ ਲੱਗੀ ਸੀ ਕਿਚਨ 'ਚ ਫੇਰ ਫੁਲਕੇ ਬਣਾਉਣ ਹਣ ਡੈਡੀ ਜੀ ਨੂੰ ਮੰਮੀ ਅੱਜ ਕੀ ਕਰਦੇ ਸੀ ਅੱਜ ਮੰਮੀ ਨੇ ਤੁਹਾਨੂੰ ਅੱਗੇ ਵੀ ਪਤਾ ਜੀ ਮੰਮੀ ਪਰੌਂਠੇ ਬਣਾ ਕੇ ਘਟ ਖੁਸ਼ ਨੇ ਉਹ ਕਹਿੰਦੇ ਨੇ ਫਿਰ ਮੇਤੋ ਹੌਲੀ ਬਣਦਾ ਮਤਲਬ ਵੀ ਜਰਕਿਓ ਵੀ ਲਾਉਣਾ ਹਨਾ ਉਹਨਾਂ ਤੋਂ ਹੌਲੀ ਹੁੰਦਾ ਹੈ ਫਿਰ ਉਹ ਕਹਿੰਦੇ ਨੇ ਵੀ ਚਲ ਮੈਂ ਹੋਰ ਕੁਝ ਕਰ ਲੈਂਦੀ ਆ ਵੀ ਤੂੰ ਰੋਟੀ ਅੱਜ ਤੂੰ ਬਣਾ ਲੈ ਇਸ ਕਰਕੇ ਜਿੱਦਣ ਪਰੌਠਿਆਂ ਦੀ ਵਾਰੀ ਹੁੰਦੀ ਹੈ ਜੀ ਉਸ ਦਿਨ ਫਿਰ ਮੈਂ ਖੁਦ ਹੀ ਬਣਾਉਣੀ ਆ ਪਰੌਠੇ ਇਸ ਗਰਮ ਗਰਮ ਖਾਣੇ ਮੇਰੇ ਨਸੀਬ 'ਚ ਨਹੀਂ ਹੁੰਦੇ ਹੈਗੇ ਠੰਡੇ ਹੀ ਖਾਣੇ ਪੈਂਦੇ ਨੇ ਬਾਅਦ ਵਿੱਚ ਤੇ ਇੱਥੇ ਮੈਂ ਲੱਗੀ ਸੀਗੀ ਪਰੌਠੇ ਬਣਾਉਣ ਦਹੀਂ ਮੈਂ ਪਾ ਕੇ ਰੱਖ ਲਿਆ ਸੀ ਡੈਡੀ ਜੀ ਦਾ ਕੋਲੇ ਥਾਲੀ 'ਚ ਤੇ ਲੱਸੀ ਬਣਾ ਕੇ ਰੱਖ ਲਈ ਸੀ ਕਿਉਂਕਿ ਡੈਡੀ ਜੀ ਬੈਠ ਗਏ ਸੀਗੇ ਰੋਟੀ ਖਾਣ ਨੂੰ ਸਭ ਤੋਂ ਵੱਧ ਡੈਡੀ ਜੀ ਨੂੰ ਸਾਡੇ ਘਰੇ ਮਤਲਬ ਜਲਦੀ ਭੁੱਖ ਲੱਗਦੀ ਆ ਕਹਿਣ ਦਾ ਭਾਵ ਕਿਉਂਕਿ ਉਹਨਾਂ ਨੇ ਦੇਖੋ ਜੀ ਖੇਤ ਜਾਂਦੇ ਨੇ ਹਨਾ ਸਵੇਰੇ ਸਵੇਰੇ ਉੱਠ ਕੇ ਜਾਂ ਖੇਤ ਚੋਂ ਆਉਣਾ ਕੰਮ ਕਰਕੇ ਫਿਰ ਭੁੱਖ ਲੱਗਦੀ ਉਹ ਲੱਗਦੀ ਆ ਜਿਸ ਕਰਕੇ ਅਸੀਂ ਜਲਦੀ ਫੁਲਕੇ ਬਣਾ ਲੈਨੇ ਆ ਨਹੀਂ ਤਾਂ ਮੈਨੂੰ ਤਾਂ ਇਹ ਹੁੰਦਾ ਵੀ ਜੇ ਮੈਂ ਉੱਠ ਚਾਹੇ ਮੈਂ ਜਲਦੀ ਜਾਂਦੀ ਆ ਪਰ ਚਾਹ ਦੁੱਧ ਜਿਹੜਾ ਪੀਣਾ ਹੁੰਦਾ ਜੀ ਉਹ ਗੁਰਦੀਪ ਨਾਲ 7 ਵਜੇ ਲੈਣੀ ਆ ਤਾਂ ਕਰਕੇ ਫਿਰ ਭੁੱਖ ਜਲਦੀ ਨਹੀਂ ਲੱਗਦੀ ਹੈਗੀ ਇੱਥੇ ਡੈਡੀ ਜੀ ਆਪਣਾ ਨਹਾ ਧੋ ਕੇ ਬੈਠ ਗਏ ਸੀਗੇ ਉਹ ਨਾਸ਼ਤਾ ਕਰਨ ਤੋਂ ਪਹਿਲਾਂ ਨਹਾ ਲੈਂਦੇ ਨੇ ਜੀ ਕਿਉਂਕਿ ਮੱਝਾਂ ਨਿਲਾਉਣੀਆਂ ਹੁੰਦੀਆਂ ਨੇ ਨਾ ਮੱਝਾਂ ਨਿਲਾ ਕੇ ਫਿਰ ਕੱਪੜੇ ਗਿੱਲੇ ਹੋ ਜਾਂਦੇ ਨੇ ਤਾਂ ਕਰਕੇ ਡੈਡੀ ਨਾਸ਼ਤਾ ਕਰਨ ਤੋਂ ਪਹਿਲਾਂ ਆਪ ਵੀ ਫਿਰ ਨਹਾ ਲੈਂਦੇ ਨੇ ਸਾਰਾ ਕੰਮ ਕਰਕੇ ਵੀ ਫਿਰ ਫਰੈਸ਼ ਹੋ ਕੇ ਹੀ ਆਪਣਾ ਨਾਸ਼ਤਾ ਕਰਦੇ ਨੇ ਲਓ ਜੀ ਮੈਂ ਡੈਡ ਜੀ ਨੂੰ ਰੋਟੀ ਦਿੱਤੀ ਸੀ ਕਿ ਮੈਂ ਕਹਾਂ ਡੈਡੀ ਜੀ ਤੁਸੀਂ ਖਾਓ ਵੀ ਗਰਮ-ਗਰਮ ਤੁਸੀਂ ਤਾਂ ਗਰਮ-ਗਰਮ ਖਾਓ ਸਾਡੇ ਤਾਂ ਨਹੀਂ ਨਸੀਬ 'ਚ ਗਰਮ-ਗਰਮ ਕਿਉਂਕਿ ਤੁਹਾਨੂੰ ਪਤਾ ਕੁੜੀਆਂ ਦੇ ਜੀ ਪੇਕੇ ਘਰ ਤਾਂ ਆਪਾਂ ਗਰਮ-ਗਰਮ ਨਾਲ ਦੀ ਨਾਲ ਪਰੌਂਠਾ ਖਾ ਸਕਦੇ ਆ ਪਰ ਸੌਰੇ ਘਰ ਨਹੀਂ ਖਾ ਸਕਦੇ ਹੈਗੇ ਜੀ ਪੇਕੇ ਪੇਕੇ ਹੀ ਹੁੰਦੇ ਨੇ ਸੌਰੇ ਸੌਰੇ ਹੀ ਹੁੰਦੇ ਨੇ ਜੀ ਇਹ ਤਾਂ ਮੰਨਣਾ ਪਊਗਾ ਹਨਾ ਵੀ ਜਿਹੜੇ ਇਹ ਚੌਲ ਆੜ ਸ਼ਵਾਦ ਹੁੰਦੇ ਨੇ ਇਹ ਸਭ ਪੇਕਿਆਂ ਦੇ ਘਰੇ ਹੁੰਦੇ ਨੇ ਜੀ ਸੌਰੇ ਕਿੱਥੇ ਹੁੰਦੇ ਨੇ ਸੌਰੇ ਤਾਂ ਇਹ ਸੀ ਦੇਖੋ ਹੁਣ ਮੈਂ ਪਰੌਂਠੇ ਬਣਾ ਲੇ ਪਹਿਲਾਂ ਮੈਨੂੰ ਇਹ ਸੀ ਮੈਂ ਕਿਚਨ ਸਮੀਟ ਲਾਂ ਆਹ ਕਰ ਲਵਾਂ ਆਹ ਕਰ ਲਾਂ ਮੈਂ ਵੀ ਉਦੋਂ ਬਾਅਦ ਵਿੱਚ ਬੈਠ ਕੇ ਖਾਣੀ ਆ ਜਨ ਨੂੰ ਪਰੌਂਠਾ ਤਾਂ ਇਹ ਹੁੰਦਾ ਜੀ ਬਣਦਾ ਬਣਦਾ ਹਨਾ ਥਾਲੀ ਜਾਵੇ ਉਹ ਟੇਸਟ ਜਿਹੜਾ ਹੁੰਦਾ ਉਹ ਤਾਂ ਪੇਕੇ ਘਰ ਹੀ ਮਿਲਦਾ ਏ ਉਹ ਇੱਥੇ ਨਹੀਂ ਮਿਲਦਾ ਹੈਗਾ ਕੁਝ ਆਪਣੇ ਹੱਥ ਦੇ ਬਣਾ ਕੇ ਖਾਣ ਚ ਵੀ ਨਹੀਂ ਉਹਨਾਂ ਮਜ਼ਾ ਆਉਂਦਾ ਹੈਗਾ ਜੀ ਜਿਹੜੇ ਕਿਸੇ ਦੇ ਹੱਥ ਦੇ ਬਣਾਏ ਹੋਏ ਆਪਾਂ ਖਾਂਦੇ ਆ ਨਾ ਉਹ ਜ਼ਿਆਦਾ ਟੇਸਟੀ ਲੱਗਦੇ ਹੁੰਦੇ ਨੇ ਹੁਣ ਜਿਵੇਂ ਆਪਾਂ ਪੇਕੇ ਖਾਣੇ ਆ ਜਾ ਕੇ ਜਾਂ ਕਿਸੇ ਹੋਰ ਤਾਂ ਚਲੋ ਹੁਣ ਕਿਤੇ ਕੋਈ ਜਾਂਦਾ ਹੀ ਨਹੀਂ ਜੀ ਰਿਸ਼ਤੇਦਾਰੀਆਂ ਚ ਤਾਂ ਹੁਣ ਕਿਹੜਾ ਜਾਂਦਾ ਭੈਣ ਭਾਈ ਕੋਈ ਕਿਸੇ ਦੇ ਨਹੀਂ ਜਾਂਦੇ ਜੀ ਹੁਣ ਤਾਂ ਲੋਕਾਂ ਕੋਲ ਨਾ ਟਾਈਮ ਹੀ ਨਹੀਂ ਨਾ ਇੱਕ ਦੂਜੇ ਨੂੰ ਇੰਨਾ ਪਿਆਰ ਇਹ ਰਿਹਾ ਮੰਨ ਲਓ ਚਾਹੇ ਪਿਆਰ ਦੀ ਉਹ ਗੱਲ ਹੁੰਦੀ ਹੈ ਜੀ ਹਨਾ ਹੁਣ ਨਹੀਂ ਕਿਸੇ ਨੂੰ ਇੰਨਾ ਰਿਹਾ ਹੈਗਾ ਹੁਣ ਤਾਂ ਆਪਣੇ ਆਪਣੇ ਕੰਮਾਂ ਕਾਰਾਂ 'ਚ ਇੰਨੇ ਜ਼ਿਆਦਾ ਰੁੱਝ ਚੁੱਕੇ ਆ ਜੀ ਆਪਾਂ ਕਿਸੇ ਨੂੰ ਕਿਸੇ ਦੀ ਨਹੀਂ ਪਈ ਹੈਗੀ ਬਸ ਕੰਮਾਂ ਕਾਰਾਂ 'ਚ ਲੱਗੇ ਰਹਨੇ ਆ ਬਸ ਇੱਕ ਪੇਕੇ ਘਰੇ ਹੀ ਹੁੰਦਾ ਜੀ ਜਿੱਥੇ ਜਾਣਾ ਹੁੰਦਾ ਹਨਾ ਤੁਸੀਂ ਕਹਾਂਗੇ ਤਾਂ ਜ਼ਿਆਦਾ ਹੀ ਪੇਕੇ ਪੇਕੇ ਕਰ ਗਈ ਅੱਜ ਪੇਕੇਆਂ ਦੀ ਜ਼ਿਆਦਾ ਹੀ ਹੋਈ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੇਖਿਆ ਮੈਂ ਸ਼ੇਅਰ ਕਰ ਲਵਾਂ ਅੱਜ ਹਨਾ ਤੇ ਇੱਥੇ ਮੈਂ ਤੇ ਮੰਮੀ ਜੀ ਕਿਸੇ ਮੈਂ ਕਿਚਨ ਸਮੇਟਿਆ ਹੀ ਸੀਗੀ ਝਾੜੂ ਮੈਂ ਲਾ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਲੱਗ ਗਈ ਸੀ ਮੈਂ ਤੇ ਮੰਮੀ ਵੀ ਰੋਟੀ ਖਾਣ ਤੇ ਐਦਾਂ ਹੁੰਦਾ ਜੀ ਬਸ ਧਰ ਕੇ ਪਲੇਟ 'ਚ ਦੋ ਪਰੌਂਠੇ ਇਕੱਠੇ ਬਹਿ ਕੇ ਖਾਣ ਲੱਗੇ ਸੀ ਵੀ ਹੁਣ ਕਿਹੜਾ ਫਿਰ ਮੰਮੀ ਵੀ ਕੋਲੇ ਖਾਂਦੇ ਸੀਗੇ ਕਿਹੜਾ ਕਿਸੇ ਨੇ ਅੱਜ ਮੰਮੀ ਨੂੰ ਮੈਂ ਤਾਂ ਕਿਹਾ ਸੀ ਤੁਸੀਂ ਤਾਂ ਬਣਦੇ ਬਣਦੇ ਖਾ ਲਓ ਮੰਮੀ ਵੀ ਸ਼ਾਇਦ ਪਤਾ ਨਹੀਂ ਕੀ ਕਰਨ ਲੱਗੇ ਸੀਗੇ ਕੁਝ ਕਰਨ ਲੱਗੇ ਸੀ ਇਹਨਾਂ ਨੇ ਵੀ ਨਹੀਂ ਖਾਧੀ ਤੇ ਉਸ ਤੋਂ ਬਾਅਦ ਜੀ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਭਾਂਡੇ ਧੋਲੇ ਭਾਂਡੇ ਧੋ ਕੇ ਉਸ ਤੋਂ ਬਾਅਦ ਲੱਗੀ ਸੀ ਮੈਂ ਪੈਕ ਬਣਾਉਣ ਫੇਸ ਪੈਕ ਇਹਦੇ ਵਿੱਚ ਇੱਥੇ ਮੈਂ ਲਈ ਆ ਇੱਕ ਚਮਚ ਕਾਫੀ ਕਾਫੀ ਮੇਰੀ ਥੋੜੀ ਜਿਹੀ ਜੰਮ ਗਈ ਸੀ ਜਿਹਦੇ ਵਿੱਚ ਮੈਂ ਤਾਂ ਕਰਕੇ ਦੋ ਤਿੰਨ ਵਾਰ ਚ ਪਟਪਟ ਲਈ ਆ ਤੇ ਥੋੜਾ ਜਿਹਾ ਪਾਇਆ ਉਹਦੇ ਵਿੱਚ ਨਿੰਬੂ ਦਾ ਰਸ ਉਹਨੂੰ ਐਨ ਇਹਦੇ ਨਾਲ ਘੋਲ ਕੇ ਐਨ ਮਤਲਬ ਸੌਫਟ ਜਿਹਾ ਕਰਕੇ ਪੇਸਟ ਜਿਹਾ ਬਣਾ ਕੇ ਜਿੰਨਾ ਕੁ ਨਿੰਬੂ ਦਾ ਰਸ ਮੈਂ ਉਨਾ ਹੀ ਪਾਇਆ ਬਸ ਜਿੰਨਾ ਕੁ ਪੇਸਟ ਬਣਨ ਜੋਗਾ ਜੀ ਤੇ ਹੁਣ ਇਹਨੂੰ ਆਪਾਂ ਬਸ ਨਿੰਬੂ ਦੇ ਫੁੱਲ ਕ ਨਾਲੇ ਫੇਸ ਤੇ ਲਵਾ ਲਾਂਗੇ ਲਾ ਲਾਂਗੇ ਤੇ ਇਹਦੇ ਨਾਲ ਬਹੁਤ ਵਧੀਆ ਗਲੋ ਆਉਂਦਾ ਜੀ ਲਗਾ ਕੇ ਦੇਖਿਓ ਤੇ ਇੱਕ ਦੋ ਮੇਰੀਆਂ ਭੈਣਾਂ ਸੀਗੀਆਂ ਜਿਹੜੀਆਂ ਨਾਮ ਲੈਣ ਨੂੰ ਕਹਿ ਰਹੀਆਂ ਸੀ ਇੱਕ ਸੀਗੀ ਜੀ ਕੁਸ਼ਦੀਪ ਸਿੰਘ ਦੀ ਆਈਡੀ ਤੋਂ ਚੰਨਜੀਤ ਕਾ थैंक यू ਦੀਦੀ ਜੀ ਇੱਕ ਸੀਗੀ ਜੀ ਭਾਂਬਰੀ ਤੋਂ ਰੁਪਿੰਦਰ ਗਿੱਲ ਉਹ ਕਹਿੰਦੇ ਸੀ ਅਸੀਂ ਮਾਨਕੀ ਦੇ ਆ थैंक यू ਰੁਪਿੰਦਰ ਗਿੱਲ ਜੀ ਇੱਕ ਸੀਗੀ ਜੀ ਖੁਦੀ ਕਲਾ ਖੁਦੀ ਕਲਾ ਜੀ ਪਤਾ ਨਹੀਂ ਕੋਣ ਕਿਹੜਾ ਪਿੰਡ ਹੈ ਖੁਦੀ ਕਲਾ ਤਾਂ ਕੁਲਦੀਪ ਕੌਰ ਜੀ ਜੇ ਨਾਮ ਗਲਤ ਲਿਆ ਹੋ ਗਿਆ ਹੋਵੇ ਤਾਂ ਸੌਰੀ ਜੀ थैंक यू ਜੀ ਤੁਹਾਡਾ ਸੋ ਮਾਟ ਬਾਕੀ ਸਾਰੇ ਹੀ ਮੇਰੇ ਭੈਣ ਭਾਈਆਂ ਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਇੰਨੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਨੂੰ ਬੜਾ ਚੌ ਚੜਦਾ ਪੜ ਕੇ ਤੁਹਾਡੇ ਸਾਰਿਆਂ ਦੇ ਕਮੈਂਟ ਇੱਕ ਦੋ ਦਿਨ ਹੋ ਗਏ ਨਾ ਰਿੰਪੀ ਬੇਟਾ ਕਮੈਂਟ ਕਰਦੇ ਹੁੰਦੇ ਨੇ ਉਹਨਾਂ ਦਾ ਤਾਂ ਇੱਕ ਹੋਰ ਨੇ ਕੀ ਨ ਉਹਨਾਂ ਦੀ ਆਈਡੀ ਤੇ ਗੋਸਣਾ ਲਿਖਿਆ ਹੁੰਦਾ ਸ਼ਾਇਦ ਗੁਰਮਖ ਗੋਸਣਾ ਪਤਾ ਨਹੀਂ ਕੀ ਉਹਨਾਂ ਦੇ ਕਮੈਂਟ ਆਏ ਨਹੀਂ ਸੀ ਹਜੇ ਗਰਦੀਪ ਕਾਲੇ ਯਾਦ ਕਰਦੇ ਸੀਗੇ ਵੀ ਉਹਨਾਂ ਦੇ ਕਮੈਂਟ ਹੁਣ ਆਉਂਦੇ ਨਹੀਂ ਪ੍ਰੀਤ ਮੇਰੇ ਹਸਬੰਦ ਜੀ ਯਾਦ ਕਰਦੇ ਸੀ ਤੇ ਕੱਲ ਸ਼ਾਮ ਨੂੰ ਹੀ ਉਹਨਾਂ ਦੇ ਕਮੈਂਟ ਆ ਗਏ ਸੀਗੇ ਫਿਰ ਉਹ ਮੈਨੂੰ ਹੱਸਣ ਲੱਗੇ ਕਹਿੰਦੇ ਮੈਂ ਅੱਜੇ ਯਾਦ ਕਰਿਆ ਸੀ ਅੱਜੇ ਆ ਗਏ ਮੈਂ ਕਹਾਂ ਜੋ ਕਰ ਕਈ ਵਾਰ ਇਹ ਹੁੰਦਾ ਵੀ ਆਪਾਂ ਵੀਡੀਓ ਦੇਖ ਲੈਨੇ ਆ ਕਮੈਂਟ ਕਰਨਾ ਨਹੀਂ ਖਿਆਲ ਰਹਿੰਦਾ ਜਾਂ ਨਹੀਂ ਵੀ ਹੁੰਦਾ ਚਲੋ ਹਨਾ ਪਰ ਤੁਸੀਂ ਵੀਡੀਓ ਦੇਖ ਦਿੱਓ ਥੈਂਕ ਯੂ ਸੋ ਮੱਚ ਇਹ ਲਾਇਆ ਜੀ ਮੈਂ ਕਾਫੀ ਦਾ ਫੇਸ ਪੈਕ ਕਾਫੀ ਦੇ ਵਿੱਚ ਨਾ ਨਿੰਬੂ ਦੀਆਂ ਥੋੜੀਆਂ ਜਿਹੀਆਂ ਬੂੰਡਾਂ ਪਾ ਕੇ ਉਹ ਵੀ ਨਿੰਬੂ ਦੇ ਛਿੱਲਕੇ ਨਾਲ ਸਮਾਰ ਮਾਰ ਕੇ ਐ ਮ사ਜ ਕਰਕੇ ਲਾ ਲਿਆ ਜੀ ਆਪਾਂ ਤੇ ਇਹਦੇ ਨਾਲ ਵੀ ਜ ਬਹੁਤ ਸਕਿਨ ਫੇਅਰ ਹੁੰਦੀ ਆ ਤੇ ਸਕਿਨ ਨੂੰ ਬਹੁਤ ਜ਼ਿਆਦਾ ਗਲੋ ਮਿਲਦਾ ਹੈ ਦੇਖਦੇ ਆ ਜੀ ਕਿੱਦਾਂ ਹੁੰਦਾ ਅੱਗੇ ਵੀ ਮੈਂ ਲਾਇਆ ਆਂ ਤਾਂ ਕਾਫੀ ਵਾਰ ਪਰ ਅੱਜ ਫੇਰ ਲਾਉਣੀ ਮੇਰੇ ਦਿਖ ਰਿਹਾ ਮੈਂ ਕਿ ਚਲੋ ਲਾਉਨੇ ਆ ਉਹ ਵੀ ਪਈ ਸੀ ਹੁਣ ਮੈਂ ਲਾ ਲਿਆ ਕਿਚਨ ਦਾ ਕੰਮ ਮੈਂ ਨਿਵੇੜ ਲਿਆ ਕੱਪੜੇ ਧੋਨੇ ਹੋ ਸਾਰਾ ਕੰਮ ਮੈਕਸਿਮਮ ਹੋ ਗਿਆ ਕੋਚੇ ਰੰਗ ਦੇ ਹੁਣ ਮੈਂ ਇਹ ਲਾ ਕੇ ਅਪਲਾਈ ਕਰਕੇ ਪੋਚੇ ਨਾਲੋਂ ਵੀ ਉਸ ਤੋਂ ਬਾਅਦ ਹੀ ਨਾਲ ਵਾਲ ਤੋਂ ਲੈਣੇ ਅੱਜ ਤੇ ਤਾਂ ਹੀ ਮੈਂ neck ਤੇ ਵੀ ਲਾ ਰਿਆ ਮੈਂ ਕਿ ਅੱਜ ਚਲੋ ਲਾਉਣਾ ਇਹ ਨਾਲ ਤੋਂ ਵੀ ਲਾ ਲਿਆ ਤਾਂ ਕਰਕੇ ਮੈਂ neck ਤੇ ਸਾਰੇ ਅਪਲਾਈ ਕਰ ਲਿਆ ਚੰਗੀ ਤਰ੍ਹਾਂ ਹੁਣ ਲਾਉਣੀ ਹੈ ਪੋਚੇ ਉਸ ਤੋਂ ਬਾਅਦ ਹੀ ਆਪਾਂ ਨਾ ਵਿੱਚ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਗਰਮੀ ਆਉਂਦੀ ਹੈ ਸੀਨਾ ਪਸੀਨਾ ਹੋਇਆ ਪਿਆ ਹੁਣ ਤਾਂ ਦੋ ਤਿੰਨ ਦਿਨ ਦੀ ਬਹੁਤੀ ਹੈ ਜ਼ਿਆਦਾ ਪੈਣੀ ਮਿਲਦੇ ਹਾਂ ਤੁਹਾਨੂੰ ਪੋਚੇ ਲਾਉਂਦੇ ਲਾਉਂਦੇ ਉਸ ਤੋਂ ਬਾਅਦ ਜੀ ਫੇਸ ਪੈਕ ਲਾਉਣ ਤੋਂ ਬਾਅਦ ਮੈਂ ਲੱਗ ਗਈ ਸੀਗੀ ਬੈਠ ਕੇ ਪੋਚੇ ਲਾਉਣ ਆ ਜੀ ਮੈਂ ਕਿਹਾ ਬੈਠ ਕੇ ਲਾਉਣੀ ਆ ਚਲੋ ਜਿੱਦਣ ਮੇਰੇ ਕੋਲ ਟਾਈਮ ਹੁੰਦਾ ਵੀ ਥੋੜਾ ਜਿਹਾ ਵੱਧ ਜਲਦੀ ਬੇਲੀ ਹੋ ਜੰਨੀ ਆ ਫਿਰ ਮੈਨੂੰ ਇਹ ਨਹੀਂ ਹੁੰਦਾ ਮੈਂ ਜਲਦੀ ਬੇਲੀ ਹੋ ਜਾ ਮੈਨੂੰ ਇਹ ਹੋ ਜਾਂਦਾ ਬਸ ਮੈਂ ਐਕਸਟਰਾ ਕੋਈ ਕੰਮ ਕਰ ਲਵਾਂ ਆਪਣਾ ਫਿਰ ਤਾਂ ਅਗਰ ਕਿ ਮੈਂ ਬੈਠ ਕੇ ਜੇ ਸਾਰੇ ਬੈਠ ਕੇ ਪੋਚੇ ਲਾਏ ਸੀਗੇ ਮੈਂ ਕਿਹਾ ਚਲੋ ਪੋਚੇ ਬੈਠ ਕੇ ਲਾ ਲਈਏ ਵੀ ਜਾਨੂ ਮੇਰੇ 15 ਮਿੰਟ ਲੱਗਣੇ ਹੁੰਦੇ ਨੇ ਦੇਖੋ ਜੀ ਜਾਨੂ 15 ਮਿੰਟ ਦੇ ਵਿੱਚੇ ਮੇਰਾ ਫੇਸ ਪੈਕ ਵੀ ਸੁੱਕ ਜਾਣਾ ਸੀਗਾ ਤੁਸੀਂ ਕਹਾਂਗੇ ਤੁਸੀਂ ਧੀਏ ਇੱਕ ਦਿਨ ਫੇਸ ਪੈਕ ਲਾ ਕੇ ਵੇਂਦੇ ਦੇਖੋ ਜੀ ਮੈਨੂੰ ਸ਼ੌਂਕ ਆ ਹਨਾ ਫੇਸ ਤੇ ਕੁਝ ਵੀ ਕੁਝ ਅਪਲਾਈ ਕਰਦੇ ਰਹਿਣਾ ਜਾਂ ਬਾਲਾਂ ਨੂੰ ਵੀ ਹਜੇ ਮੇਰੇ ਇੱਕ ਦਿਨ ਮਹਿੰਦੀ ਵੀ ਲਾਉਣੀ ਵੀ ਲਾਉਂਗੀ ਦੇਖਦੀਆਂ ਜੀ ਕੁਛ ਗਰਮੀ ਜ਼ਿਆਦਾ ਹਜੇ ਮੈਨੂੰ ਤਾਂ ਥੋੜੀ ਜਿਹੀ ਹੋਈ ਹੀ ਆ ਬਸ ਨਹੀਂ ਤਾਂ ਮੈਂ ਦੇਖਦੀਆਂ ਦੋ ਚਾਰ ਦਿਨ ਵਿੱਚ ਜਿੱਦਾਂ ਟਾਈਮ ਜੇ ਲੱਗੂਗਾ ਮਹਿੰਦੀ ਵੀ ਲਾਉਂਗੀ ਇਦਾਂ ਹੋ ਜਾਂਦਾ ਹੈ ਤੇ ਪੋਚੇ ਜਿਹੜੇ ਆਪਾਂ ਬੈਠ ਕੇ ਲਾਉਨੇ ਆ ਜੀ ਗੱਲ ਤਾਂ ਸੱਚੀ ਆ ਉਹ ਬੈਠ ਕੇ ਲਾਉਣ ਵਾਲੇ ਬੈਠ ਕੇ ਲਾਉਣ ਵਾਲੇ ਨੇ ਜੀ ਉਦਾਂ ਬਹੁਤ ਵਧੀਆ ਹਨਾ ਸਫਾਈ ਹੁੰਦੀ ਆ ਜਿਹੜਾ ਖੜ ਕੇ ਆਪਾਂ ਲਾਤਾ ਲੈਨੇ ਆ ਉਦਾਂ ਵਧੀਆ ਲੱਗ ਵੀ ਜਾਂਦੇ ਨੇ ਪਰ ਉੰਨੇ ਵਧੀਆ ਨਹੀਂ ਲੱਗਦੇ ਹੈਗੇ ਜੀ ਲਓ ਜੀ ਪੋਚੇ ਮੇਰੇ ਲੱਗੇ ਤੇ ਫੇਸ ਪੈਕ ਵੀ ਦੇਖੋ ਮੇਰਾ ਇਹਨ ਸੁੱਕ ਗਿਆ ਆ ਗਰਦਨ ਤਾਂ ਜੇ ਗਰਮੀ ਆ ਗਈ ਨਾਲ ਦੀ ਨਾਲ ਤੇ ਮੰਮੀ ਇੱਥੇ ਗਰਮੀ ਸਿਕਾਉਂਦੇ ਸੀ ਬੈਠੇ ਆਰਾਮ ਨਾਲ ਥੱਲੇ ਹੱਸਣ ਲੱਗ ਗਈ ਮੰਮੀ ੱਚੇ ਬੈਠੀ ਐ ਮੈਂ ਕੋਈ ਗੱਲ ਨਹੀਂ ਤੇ ਆ ਲਓ ਜੀ ਮੈਂ ਨਹਾ ਲਈ ਸੀਗੀ ਨਹਾ ਕੇ ਬਾਲ ਧੋਈ ਆਈ ਸੀ ਬਾਲ ਧੋ ਕੇ ਹੁਣ ਜਾਨੂ ਮੇਰੇ ਕੱਪੜੇ ਵੀ ਐਣ ਧੁੱਤੇ ਹੋ ਸੁੱਕ ਗਏ ਸੀਗੇ ਕੱਪੜੇ ਮੈਂ ਤਾਂ ਹੀ ਜਲਦੀ ਧੋਣੀ ਹੁੰਨੀ ਆ ਜੀ ਦੇਖੋ ਫਿਰ ਐ ਹੁੰਦਾ 11 ਵਜੇ ਜਦੋਂ ਨੂੰ ਅਰੈਸਟ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਤਾਰਾਂ ਤੋਂ ਚੱਕ ਲੈਣੀ ਆ ਜਿਹੜੇ ਥੋੜੇ ਜਿ ਗਿੱਲੇ ਹੁੰਦੇ ਨੇ ਕਲਰ ਵਗੈਰਾ ਉਹ ਇੱਧਰ ਮੈਂ ਟੀਨਾ ਥੱਲੇ ਕਰ ਦੇਣੀ ਹੁੰਨੀ ਆ ਵੀ ਉਹ ਛਾਵੇਂ ਰਹਿੰਦੀ ਓਥੇ ਤੋਂ ਪਜ ਮੈਨੂੰ ਇਹ ਹੁੰਦਾ ਵੀ ਕਲਰ ਖਰਾਬ ਹੋ ਜਾਂਦਾ ਜੀ ਫਿਰ ਕੱਪੜਿਆਂ ਦਾ ਵੀ ਜਲਦੀ ਜਲਦੀ ਚੱਕ ਕੇ ਬਸ ਅੰਦਰ ਸਮੇਟੇ ਜਾਣਾ ਆਪਣੇ ਸਾਰੇ ਲਓ ਜੀ ਇੱਥੇ ਕੰਮਕਾਰ ਮੇਰੇ ਸਾਰੇ ਖਤਮ ਹੋ ਗਏ ਮੈਂ ਨਹਾ ਕੇ ਆ ਗਈ ਤੇ ਤੋਤੇ ਨੇ ਬਾੜ ਤੇ ਅੱਜ ਭਰੇ ਮੈਂ ਸੰਧੂਰ ਕਦੇ ਕਦੇ ਮੇਰਾ ਦਿਲ ਕਰਦਾ ਹੁੰਦਾ ਜੀ ਢੇਲੀ ਨਹੀਂ ਮੈਂ ਭਰਦੀ ਹੈਗੀ ਸੁੱਕਾ ਸੰਧੂਰ ਮਤਲਬ ਕਰੇ ਕਦੇ ਮੇਰਾ ਬਹੁਤ ਦਿਲ ਕਰਦਾ ਹੁੰਦਾ ਮੈਂ ਭਰਾਂ ਫਿਰ ਜਿੱਦਾਂ ਮੇਰਾ ਦਿਲ ਕਰਦਾ ਹੁੰਦਾ ਜਿੱਦਾਂ ਬਾਲ ਤੋਤੇ ਹੁੰਦੇ ਨੇ ਤਾਜ਼ੇ ਤਾਜ਼ੇ ਉਦੋਂ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੇ ਕੰਮ ਕਰ ਸਾਰੇ ਖਤਮ ਹੋ ਗਏ ਜੀ ਹੁਣ ਹੋਏ ਨੇ ਖਤਮ ਦੇਖ ਲਓ 10:30 ਵਜ ਗਿਆ ਅੱਜ ਹੁਣ ਥੋੜਾ ਜਿਹਾ ਘੰਟਾਕ ਕਰੂੰਗੀ ਰੈਸਟ ਤੇ ਐਡੀਟਿੰਗ ਕਰੂੰਗੀ ਜਿਹੜੀ ਵੀਡੀਓ ਹਨਾ ਅਪਲੋਡ ਕਰਨੀ ਉਹਦੀ ਥੋੜੀ ਜਿਹਾ ਉਹਨੂੰ ਅਪਲੋਡ ਕਰਦੀਆਂ ਐਡੀਟਿੰਗ ਕਰਦੀਆਂ ਇਹ ਥੋੜੇ ਬਹੁਤੇ ਕੰਮ ਕਰਦੀਆਂ ਕੰਮ ਤਾਂ ਜੀ ਦੇਖੋ ਹਨਾ ਖਤਮ ਨਹੀਂ ਹੁੰਦੇ ਕੰਮ ਤਾਂ ਚਲੋ ਕੋਈ ਗੱਲ ਨਹੀਂ ਹੁੰਦੀ ਪਰ ਗਰਮੀ ਬਹੁਤ ਜ਼ਿਆਦਾ ਹੈ ਜਿਆਦਾ ਸਰਦੀ ਚ ਸਰਦੀ ਤੰਗ ਕਰ ਲੈਂਦੀ ਆ ਤੇ ਗਰਮੀ ਚ ਗਰਮੀ ਤੰਗ ਕਰ ਲੈਂਦੀ ਆ ਚਲੋ ਹੁਣ ਤਾਂ ਬਸ ਫਿਰ ਮਹੀ ਨਹੀਂ ਇੱਕ ਮਹੀਨਾ ਜਾ ਹਾਂ ਥੋੜਾ ਜਿਹਾ ਵੱਧ ਕੋਈ ਵਾਰ ਪਰ ਪਿੱਛੋਂ ਆ ਕੇ ਵੀ ਐਂਡ ਤੇ ਵੀ ਜਿਆਦਾ ਪੈ ਜਾਂਦੀ ਆ ਜੀ ਫਿਰ ਵਧੀਆ ਮੌਸਮ ਹੋ ਜੂਗਾ ਫਿਰ ਦੋ ਕੁ ਮਹੀਨੇ ਵਧੀਆ ਤਿਹਾਰ ਜਿਵੇਂ ਦਸਹਿਰ ਆ ਦੀਵਾਲੀ ਉਹ ਥੋੜੇ ਵਧੀਆ ਨਿੰਗ ਜਾਣਗੇ ਰਿਲੈਕਸ ਹੋ ਗਏ ਨਿਕ ਜਾਣਗੇ ਗਰਮੀ ਤੋਂ ਮੱਛਰ ਵੀ ਬਹੁਤ ਜ਼ਿਆਦਾ ਹੁਣ ਤਾਂ ਫਰਕ ਪੈ ਗਿਆ ਜੀਰੀਆਂ 'ਚ ਜਾਲਾ ਜੂਲਾ ਪੈ ਗਿਆ ਹਨਾ ਘਟ ਗਿਆ ਮੱਛਰ ਵੀ ਤੇ ਬਾਲ ਧੋ ਲੈ ਜੀ ਬਸ ਹੁਣ ਥੋੜੀ ਜੀ ਕਰਦੇ ਆ ਰੈਸਟ ਕਿਉਂਕਿ ਰੈਸਟ ਦੇਖੋ ਜੀ ਆਪਣੇ ਤੇ ਡਿਪੈਂਡ ਆ ਜੇ ਤਾਂ ਆਪਾਂ ਚਾਹਾਂਗੇ ਤਾਂ ਕਰ ਸਕਾਂਗੇ ਨਹੀਂ ਤਾਂ ਚਾਹੇ ਹੁਣ ਮੈਂ ਹੋਰ ਕੰਮ ਛੇੜ ਕੇ ਬਹਿ ਜਾ ਕੋਈ ਕੰਮ ਨਹੀਂ ਖਤਮ ਹੁੰਦੇ ਹੈਗੇ ਕੰਮ ਤਾਂ ਇਹ ਹੁੰਦਾ ਵਾਧੂ ਪੈ ਨੇ ਜੀ ਬਹੁਤ ਵੀ ਹੋਰ ਵੀ ਮੈਂ ਕਰ ਸਕਦੀ ਆ ਪਰ ਹੁਣ ਆਪਣੇ ਮਨ ਤੇ ਹੀ ਹੁੰਦਾ ਵੀ ਨਹੀਂ ਇੰਨਾ ਨਹੀਂ ਆਪਣੇ ਸਰੀਰ ਨੂੰ ਥਕਾਉਣਾ ਨਹੀਂ ਹੈਗਾ ਇੱਕ ਘੰਟਾ ਰੈਸਟ ਕਰ ਲੋ ਵਿੱਚ ਜੀ ਕਿਉਂਕਿ ਜੇ ਹੁਣ ਮੈਂ ਦੇਖੋ ਜੀ ਘੰਟਾ ਦਾ ਮੈਨੂੰ ਫੋਨ ਤੇ ਹੀ ਲੱਗ ਜਾਣਾ ਐਡੀਟਿੰਗ ਵਗੈਰਾ ਰਹਿੰਦੀ ਆ ਥੋੜੀ ਜੀ ਕਰਨ ਨੂੰ ਹਨਾ ਫਿਰ ਅਪਲੋਡ ਕਰੂੰਗੀ ਤੇ ਪੂਰਾ ਘੰਟਾ ਲੱਗ ਜਾਣਾ 12:00 ਵਜ ਜਾਣੇ ਨੇ ਘੰਟਾ ਡੇਢ ਘੰਟਾ ਹੀ ਹਨਾ 12:00 ਵਜੇ ਤੋਂ ਫਿਰ ਇੱਕ ਘੰਟਾ ਰੈਸਟ ਕਰਦੀ ਹੁੰਦੀ ਆ ਜਾਨੂ ਜਵਰਾਜ ਦੇ ਆਉਣ ਦਾ ਟਾਈਮ ਦਾ ਮੈਨੂੰ ਇਹ ਹੁੰਦਾ ਵੀ ਉਹਨੂੰ ਕੋਈ ਖਾਣ ਪੀਣ ਨੂੰ ਚੀਜ਼ ਬਣਾਦਾ ਹਨਾ ਜਾ ਜਿਵੇਂ ਵੀ ਆ ਉਦਾਂ ਹੋ ਜਾਂਦਾ ਬਸ ਇਹੀ ਕੰਮ ਕਰਨੇ ਜੀ ਹਨਾ ਸਹਰਿਆਂ ਦੇ ਘਰ ਕੰਮ ਨਹੀਂ ਮੁੱਕਦੇ ਪੇਕਿਆਂ ਦੇ ਘਰ ਮੱਝ ਹੁੰਦੀਆਂ ਨੇ ਪੇਕਿਆਂ ਦੇ ਘਰ ਤਾਂ ਆਪਾਂ ਮਰਜ਼ੀ ਦਾ ਕੰਮ ਕਰਨਾ ਹੁੰਦਾ ਹੈਗਾ ਜੀ ਜਿਹੜੇ ਪੇਕਿਆਂ ਦੇ ਘਰ ਐਸ਼ਾ ਉਹ ਪੇਕਿਆਂ ਦੇ ਘਰੇ ਹੀ ਆ ਐ ਨਹੀਂ ਮੈਂ ਕਹਦੀ ਵੀ ਸਹਰੇ ਚੰਗੇ ਨਹੀਂ ਹਨਾ ਬਹੁਤ ਚੰਗੇ ਨੇ ਮੇਰੇ ਸਹਰੇ ਹੋਰਾ ਭੈਣਾਂ ਦੇ ਵੀ ਬਹੁਤ ਚੰਗੇ ਹੁੰਦੇ ਨੇ ਪਰ ਇਹ ਹੁੰਦਾ ਵੀ ਸਹਰਿਆਂ ਦੇ ਘਰ ਆਪਣੇ ਤੇ ਇੱਕ ਜ਼ਿੰਮੇਵਾਰੀ ਹੁੰਦੀ ਆ ਜ਼ਿੰਮੇਵਾਰੀ ਦਾ ਜਿਹੜਾ ਕੰਮ ਹੁੰਦਾ ਫਿਰ ਉਹ ਟੈਨਸ਼ਨ ਵਾਲਾ ਹੀ ਹੋ ਜਾਂਦਾ ਜੀ ਆਪਾਂ ਜ਼ਿੰਮੇਵਾਰੀ ਸਮਝ ਕੇ ਜੇ ਕਰਦੇ ਆ ਉਹ ਇਦਾਂ ਹੋ ਜਾਂਦਾ ਚਲੋ ਜੀ ਗੱਲਾਂ ਬਾਤਾਂ ਤਾਂ ਮੁੱਕਣੀਆਂ ਹੀ ਨਹੀਂ ਹੈਗੀਆਂ ਤੇ ਮਹਿੰਦੀ ਦੇਖੋ ਜਾਂ ਲੈਂਦੀਆਂ ਨੇ ਇਹ ਗੰਦੇ ਤਰੀਕੇ ਨਾਲ ਲੈਂਦੀ ਹੈ ਹਰੇ-ਹਰੇ ਜੀ ਹੋ ਜਾਂਦੀ ਹੈ ਅੱਗੇ ਬਹੁਤ ਸونی ਮਹਿੰਦੀ ਹੁੰਦੀ ਸੀ ਕਿ ਅੱਗੇ ਨਹੀਂ ਸੇਕਣ ਲੈਂਦੀਆਂ ਹੁਣ ਤਾਂ ਬਹੁਤ ਗੰਦੇ ਜੇ ਤਰੀਕੇ ਨਾਲ ਲੈਂਦੀ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਜਰੂਰ ਜਰੂਰ ਕਰਕੇ ਜਾਇਆ ਕਰੋ ਜਿਹੜੇ ਵੀ ਮੇਰੇ ਭੈਣ ਤੇ ਵੀਰ ਮੇਰੇ ਵੀਡੀਓ ਦੇਖਦੇ ਨੇ ਵਧੀਆ ਤੋਂ ਵਧੀਆ ਕਮੈਂਟ ਕਰਕੇ ਜਾਂਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਆਪਣਾ ਸਾਥ ਤੇ ਪਿਆਰ ਬਣਾ ਕੇ ਰੱਖਿਓ ਜਰੂਰ ਵਧੀਆ ਵਧੀਆ ਕਮੈਂਟ ਕਰਕੇ ਦੱਸਿਆ ਕਰੋ ਹਨਾ ਵੀ ਤੁਹਾਨੂੰ ਵੀਡੀਓ ਕਿਵੇਂ ਲੱਗਦੀਆਂ ਨੇ ਤੇ ਲਾਈਕ ਕਰਕੇ ਜਾਇਆ ਕਰੋ ਜਿਹਰੇ ਨੇ ਹਜੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹ ਵੀ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਹਾਂ ਜੀ ਇੱਕ ਹੋਰ ਨਵਾਂ ਵੀਡੀਓ ਚ ਓਕੇ ਜੀ ਬਾਏ ਟੇਕ ਕੇਅਰ